ਸਾਂ ਚਾਂਦਨੀ ਚੌਕ ਦੁਨੀਆ ਵਿੱਚ ਨਹੀਂ ਜੇਸ ਦਾ ਕੋਈ ਸਾਨੀ ਉਸ ਗੁਰੂ ਲਸਾਨੀ ਦੀ ਗੱਲ ਕਰੀਏ ਅੰਮ੍ਰਿਤਸਰ ਵਿੱਚ ਜਿੰਨਾ ਦਾ ਜਨਮ ਹੋਇਆ ਉਸ ਬ੍ਰਹਮ ਗਿਆਨੀ ਦੀ ਗੱਲ ਕਰੀਏ ਛੇਵੇਂ ਗੁਰੂ ਦਾ ਲਾਡਲਾ ਲਾਲ ਸੀ ਜੋ ਉਸ ਅੰਤਰ ਧਿਆਨੀ ਦੀ ਗੱਲ ਕਰੀਏ ਦਿੱਤੀ ਗਈ ਚ ਚਾਂਦਨੀ ਚੌਕ ਦੇ ਅੰਦਰ ਉਸ ਪਾਵਨ ਕੁਰਬਾਨੀ ਦੀ ਗੱਲ ਕਰੀਏ ਮੱਖਣ ਸ਼ਾਹ ਬੁਕਾਲੇ ਚ ਵੇਖਿਆ ਜਾ ਇੱਕ ਗੁਰੂ ਨਹੀਂ ਗੁਰੂਆਂ ਦਾ ਪੂਰ ਬੈਠਾ ਬਾਈ ਮੰਜੀਆਂ ਤੇ ਬੈਠੇ ਗੁਰੂ ਨਕਲੀ ਹਰ ਇੱਕ ਗੁਰੂ ਚ ਗਰੂਰ ਬੈਠਾ ਹਰ ਇੱਕ ਗੁਰੂ ਚ ਗਰੂਰ ਬੈਠਾ ਮੱਖਣ ਸ਼ਾਹ ਖੁਸਤਾ ਆ ਪਹੁੰਚਿਆ ਜਿਹੜੀ ਤਾਂ ਹਾਜ਼ਰ ਹਜ਼ੂਰ ਬੈਠਾ ਜਿਹੜੀ ਤਾਂ ਹਾਜ਼ਰ ਹਜ਼ੂਰ ਬੈਠਾ ਭੋਰੇ ਵਿੱਚ ਸਮਾਧੀ ਚ ਲੀਨ ਹੋ ਕੇ ਨਾਨਕ ਪਾਤਸ਼ਾਹ ਦਾ ਨਾਮ ਨੂਰ ਬੈਠਾ ਜਦੋਂ ਕਿਸੇ ਗੁਰਸਿੱਖ ਦੇ ਮੁਖ ਵਿੱਚੋਂ ਦੀਨ ਦੁਖੀਆ ਤੇ ਸੁਣੇ ਉਪਕਾਰ ਕਰੇ ਧਰਮ ਤੇ ਆਨ ਦੀ ਰੱਖਿਆ ਲਈ ਚੁਲੀ ਅੱਡ ਕੇ ਆਏ ਦੁਆਰ ਤੇਰੇ ਸਾਡੀ ਅਣਖ ਤੇ ਇੱਜ਼ਤ ਪਹੁੰਚਾ ਦਾਤਾ ਆ ਕਿਹਾ ਕਸ਼ਮੀਰੀਆਂ ਨੇ ਦਰਬਾਰ ਤੇਰੇ ਕਰ ਰੱਖਿਆ ਆਏ ਨਿਥਾਵਿਆਂ ਦੀ ਗੋਬਿੰਦ ਰਾਏ ਨੇ ਕਿਹਾ ਬਰ ਖੁਦਾ ਤੇਰੇ ਕਿਰਪਾ ਰਾਮ ਨੇ ਗੜ ਵਿੱਚ ਪਾ ਪੱਲਾ ਹੱਥ ਬੰਨ ਕੇ ਕੀਤੀ ਅਰਜੋਈ ਦਾਤਾ ਚੱਕੜ ਜ਼ੁਲਮ ਦਾ ਚੱਲੇ ਚੋਹ ਪਾਸੀ ਥੱਪਣ ਵਾਲਾ ਨਹੀਂ ਦਿਸਦਾ ਕੋਈ ਦਾਤਾ ਸਿੱਤੇ ਟੁੱਟੇ ਪਹਾੜ ਮੁਸੀਬਤਾਂ ਦੇ ਸਾਡੇ ਨਾਲ ਅਣਹੋਣੀ ਹੈ ਹੋਈ ਦਾਤਾ ਗਲੇ ਲੱਗ ਕੇ ਤਿਲਕ ਦੇ ਜੰਜੂਆਂ ਦੇ ਸਾਰੋ ਸਾਰੇ ਜਗੋਦੀ ਹੈ ਰੋਈ ਦਾਤਾ ਮਸਤ ਹਾਥੀ ਵਾਂਗੂ ਉਤਰੇ ਨੇ ਬਣਾ ਰਹੇ ਨੇ ਜਬਰੀ ਮੁਸਲਮਾਨ ਦਾਤਾ ਜਿਹੜਾ ਨਹੀਂ ਇਸਲਾਮ ਕਬੂਲ ਕਰਦਾ ਲੈ ਲੈਂਦੇ ਉਸਦੀ ਜਾਨ ਦਾਤਾ ਦੜ ਵੱਟ ਕੇ ਬੈਠੇ ਸਭ ਸੂਰਮੇ ਨੇ ਰਾਜਪੂਤ ਮਰਹੱਤੇ ਚੌਹਾਨ ਦਾਤਾ ਅੱਖੀ ਦੇਖ ਕੇ ਅੱਖੀਆਂ ਮੀਟ ਲਈਆਂ ਅੱਖੀ ਦੇਖ ਕੇ ਅੱਖੀਆਂ ਮੀਟ ਲਈਆਂ ਜਾਣ ਬੁੱਝ ਕੇ ਬਣੇ ਅਣਜਾਨ ਦਾਤਾ ਜਾਣ ਬੁੱਝ ਕੇ ਬਣੇ ਅਣਜਾਨ ਦਾਤਾ ਠੱਲ ਪਾਉਣ ਲਈ ਜ਼ਾਲਮ ਦੇ ਜ਼ੁਲਮ ਤਾਈ ਠੱਲ ਪਾਉਣ ਲਈ ਜ਼ਾਲਮ ਦੇ ਜ਼ੁਲਮ ਤਾਈ ਸਿੱਤੇ ਬੀੜਾ ਉਠਾਇਆ ਸੀ ਪਾਤਸ਼ਾਹ ਨੇ ਸਿੱਤੇ ਬੀੜਾ ਉਠਾਇਆ ਸੀ ਪਾਤਸ਼ਾਹ ਨੇ ਤਾਈ ਹੁਣ ਤੱਕ ਜੰਜੂ ਦੀ ਰੱਖਿਆ ਕਰਨ ਨਿਕਲੇ ਭਾਵੇਂ ਤਾਈ ਹੁਣ ਤੱਕ ਜੰਜੂ ਦੀ ਰੱਖਿਆ ਕਰਨ ਨਿਕਲੇ ਭਾਵੇਂ ਜੰਜੂ ਨਾ ਪਾਇਆ ਸੀ ਪਾਤਸ਼ਾਹ ਨੇ ਜੰਜੂ ਨਾ ਪਾਇਆ ਸੀ ਪਾਤਸ਼ਾਹ ਨੇ ਦਿੱਲੀ ਵਿੱਚ ਦੇ ਕੇ ਆਪਣਾ ਸੀਸ ਪਾਵਣ ਦਿੱਲੀ ਵਿੱਚ ਦੇ ਕੇ ਆਪਣਾ ਸੀਸ ਪਾਵਣ ਜਾਚਕ ਵਚਨ ਨਿਭਾਇਆ ਸੀ ਪਾਤਸ਼ਾਹ ਨੇ ਜਾਚਕ ਵਚਨ ਨਿਭਾਇਆ ਸੀ ਪਾਤਸ਼ਾਹ ਨੇ ਔਖੇ ਸਮੇਂ ਵਿੱਚ ਧਰਮ ਦੀ ਢਾਲ ਬਣ ਕੇ ਔਖੇ ਸਮੇਂ ਵਿੱਚ ਧਰਮ ਦੀ ਢਾਲ ਬਣ ਕੇ ਡਿੱਬਦਾ ਧਰਮ ਬਚਾਇਆ ਸੀ ਪਾਤਸ਼ਾਹ ਨੇ ਔਖੇ ਸਮੇਂ ਵਿੱਚ ਧਰਮ ਦੀ ਢਾਲ ਬਣ ਕੇ ਡਿੱਬਦਾ ਧਰਮ ਬਚਾਇਆ ਸੀ ਪਾਤਸ਼ਾਹ ਨੇ